ਰੀਤੀ ਤੇ ਮੈਂ ਤੁਹਾਡੇ ਤੁਹਾਨੂੰ ਨਾ 1 ਮਿੰਟ ਦੀ ਸਕਿੱਟ ਕਰਕੇ ਦਿਖਾਉਂਗੀ ਤੇ ਜੇ ਕਿਸੇ ਨੂੰ ਹਾਸੀ ਨਾ ਵੀ ਆਈ ਤਾਂ ਵੀ ਹੱਸ ਦਿਓ ਹੱਸਦੀ ਆ ਵੀ ਬਹੁਤ ਨਾ ਹੱਸਦੀ ਆ ਭਾਰਤੀ ਸਿੰਘ ਨੂੰ ਸਮ੍ਰਿਤੀ ਇੰਨੇ ਐਬਸੈਂਟ ਕਾਹਦੇ ਰਹੀ ਆ ਸਰ ਮੈਂ ਯੂਥ ਫੈਸਟ ਚ ਲੈ ਗਏ ਸੀ ਸਰ ਮੈਂ ਟੀਚਰ ਦਾ ਕਿਹੜੇ ਇੱਥੇ ਮਿੰਦਰਾ ਚ अज मैं बहुत वधिया नौकरी ते आ पर जदों पहला असीं नौकरी लभदे हुंदे सी तां थां थां इंटरव्यूज ते जांदे हुंदे सी ਚੜੀ ਮੈਂ ਕਿਹਾ ਤੇਰੀਆਂ ਅੱਖਾਂ ਫੁੱਟੀਆਂ ਨੇ ਇਹਨਾਂ ਨੂੰ ਚੱਕ ਕਰਾ ਤੇ ਇਹਨਾਂ ਤੇ ਖੋਪੇ ਲਵਾ ਲੋਕੀ ਮੈਨੂੰ ਬੰਬ ਆਖਦੇ ਨੇ ਤੂੰ ਮੈਨੂੰ ਫੁੱਲ ਚੜੀ ਆਖੀ ਜਾਂਦਾ ਵੀ ਫਾਲਤੂ ਜਵਾਬ ਨਹੀਂ ਕਹਿੰਦੇ ਮੰਨ ਲੈ ਤੂੰ ਬਜ਼ਾਰੋ ਆਪਣੇ ਦਾਦਾ ਜੀ ਨਾਲ ਇੱਕ ਸੇਬ ਲੈਣ ਮੈਂ ਕਿਹਾ ਸਰ ਇੱਕ ਮਿੰਟ ਦਾਦਾ ਜੀ ਮੇਰੇ ਤੋਂ ਕੇਲੇ ਨਹੀਂ ਖਾਦੇ ਆਂਦੇ ਤੁਸੀਂ ਸੇਬਾਂ ਦੇ ਚੱਕਰਾਂ ਚ ਫਿਰਦੇ ਹੋ ਕਹਿੰਦੇ ਮੰਨ ਲੈ ਐਵੇਂ ਕਰਦੇ ਆਪਾਂ ਸਵਾਲ ਨੂੰ ਹੋਰ ਸੌਖਾ ਕਰ ਦੇਣਾ ਕਹਿੰਦੇ ਮੰਨ ਲੈ ਬਜ਼ਾਰੋ ਇੱਕ ਗਰੀਬ ਆਦਮੀ ਇੱਕ ਸੇਬ ਲੈਣ ਗਿਆ ਮੈਂ ਕਿਹਾ ਸਰ ਇੱਕ ਮਿੰਟ ਤੁਹਾਨੂੰ ਸੱਚੀ ਲੱਗਦਾ ਹੈ ਕਿ ਸਰਕਾਰ ਨੇ ਕਿਸੇ ਗਰੀਬ ਆਦਮੀ ਨੂੰ ਇੱਕ ਸੇਬ ਲੈਣ ਜੋਗਾ ਵੀ ਛੱਡਿਆ ਹੋਣਾ ਕਹਿੰਦੇ ਮੰਨ ਲੈ ਬਜ਼ਾਰੋ ਇੱਕ ਅਮੀਰ ਆਦਮੀ ਇੱਕ ਸੇਬ ਲੈਣ ਮੈਂ ਕਿਹਾ ਸਰ ਪਹਿਲਾਂ ਤੇ ਉਹ ਅਮੀਰ ਆਦਮੀ ਉਹ ਕਹਦਾ ਜੇ ਉਹ ਖੁਦ ਸੇਬ ਲੈਣ ਪਿਆ ਸੱਚੀ ਲੈਣ ਚਲਾ ਵੀ ਗਿਆ ਤੇ ਉਹ ਇੱਕ ਸੇਬ ਥੋੜੀ ਲਊ ਉਹ ਤਾਂ ਪੇਟੇ ਲਊ ਕਹਿੰਦੇ ਗੁੱਡੀ ਤੂੰ ਨੌਕਰੀ ਕਰਨੀ ਹੈ ਮੈਂ ਕਿਹਾ ਓਕੇ ਸਰ ਕਹਿੰਦੇ ਹੁਣ ਮੈਂ ਤੇਥੋਂ ਲਾਸਟ ਵਾਰੀ ਪੁੱਛ ਰਿਹਾ ਸਾਫ ਸਾਫ ਜਵਾਬ ਦੇ ਮੈਂ ਕਿਹਾ ਜੀ ਸਰ ਕਹਿੰਦੇ ਮੰਨ ਲੈ ਬਜ਼ਾਰੋ ਇੱਕ ਅਮੀਰ ਆਦਮੀ ਦਾ ਨੌਕਰ ਸੇਬ ਲੈਣ ਗਿਆ ਮੈਂ ਕਿਹਾ ਸਰ ਅੱਛਾ ਮੈਂ ਕਿਹਾ ਸਰ ਸੇਬ ਲੈਣ ਨੌਕਰੀ ਚੱਲ ਗਿਆ ਤੇ ਮੇਰੇ ਸਵਾਲ ਦਾ ਜਵਾਬ ਵੀ ਤੇ ਨੌਕਰੀ ਤੋਂ ਮੈਂ ਥੋੜੀ ਤੋਂ ਕਹਿੰਦੇ ਗੁੱਡੀ ਅਸੀਂ ਤੇਰੇ ਸਾਰੇ ਜਵਾਬਾਂ ਤੋਂ ਬਹੁਤ ਖੁਸ਼ ਹਾਂ ਤੈਨੂੰ ਅਸੀਂ ਨੌਕਰੀ ਦੇਣੀ ਆ ਮੈਂ ਕਿਹਾ ਸਰ ਓਕੇ ਮੈਂ ਕਿਹਾ ਸਰ ਵੈਸੇ ਮੈਂ ਕਿੱਥਾ ਇਹ ਜਿਹਾ ਕੀ ਹੈ ਜਿਹੜਾ ਤੁਸੀਂ ਮੈਨੂੰ ਨੌਕਰੀ ਦੇਣੀ ਹੈ ਕਹਿੰਦੇ ਸਾਨੂੰ ਨਹੀਂ ਪਤਾ ਨੌਕਰੀ ਤਾਂ ਅਸੀਂ ਤੈਨੂੰ ਦੇਣੀ ਹੈ ਕਹਿੰਦੇ 4 ਲੱਖ ਤਨਖਾਹ ਹੈ ਮੈਂ ਕਿਹਾ ਅੱਛਾ ਸਰ ਮੈਂ ਕਿਹਾ ਸਰ ਤੁਸੀਂ ਨੌਕਰੀ ਦੱਸੋ ਪੈਸਿਆਂ ਦੀ ਕੋਈ ਚਿੰਤਾ ਨਹੀਂ ਨੌਕਰੀ ਦੱਸੋ ਬਸ ਮੈਨੂੰ ਕਹਿੰਦੇ ਸਾਡੀ ਨਾ ਰੇਲ ਗੱਡੀ ਦੀ ਹੈੱਡਲਾਈਟ ਖਰਾਬ ਹੈ ਉਹਦੇ ਅੱਗੇ ਟਾਰਚ ਲੈ ਕੇ ਭੱਜਣਾ ਮੈਂ ਕਿਹਾ ਸਰ ਤੁਹਾਡਾ ਦਿਮਾਗ ਖਰਾਬ ਹੈ ਕਹਿੰਦੇ ਕਿਉਂ ਮੈਂ ਕਿਹਾ ਸਰ ਮੈਂ ਸ਼ਕਲ ਤੋਂ ਭੋਲੀ ਲੱਗਦੀ ਹਾਂ ਪਰ ਮੈਂ ਹੈ ਨਹੀਂ ਕਹਿੰਦੇ ਸਾਨੂੰ ਤਾਂ ਕੁਝ ਨਹੀਂ ਪਤਾ ਨੌਕਰੀ ਤਾਂ ਅਸੀਂ ਤੇਰੇ ਤੋਂ ਕਰਾਉਣੀ ਮੈਂ ਕਿਹਾ ਸਰ ਮੇਰੇ ਨਾਲ ਧੱਕਾ ਤੁੱਕਾ ਨਹੀਂ ਕਰਨਾ ਕਹਿੰਦੇ ਕਿਉਂ ਮੈਂ ਕਿਹਾ ਸਰ ਜੇ ਸੋਨੇ ਮੇਰੇ ਨਾਲ ਧੱਕਾ ਕੀਤਾ ਵਿੱਚ ਮਾਤਾ ਆ ਜੂ ਕਹਿੰਦੇ ਫਿਰ ਮੈਂ ਕਿਹਾ ਸਰ ਜੇ ਮਾਤਾ ਆ ਗਈ ਫਿਰ ਉਹ ਆਪਣੀ ਗੱਲ ਮਨਵਾ ਕੇ ਛੱਡੂ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਫਿਰ ਕੀ ਆ ਗਈ ਮਾਤਾ ਮਾਤਾ ਆ ਗਈ ਨਹੀਂ ਕਰਨੀ ਮਾਤਾ ਆ ਗਈ ਨਹੀਂ ਕਰਨੀ ਮਾਤਾ ਆ ਗਈ ਨਹੀਂ ਕਰਨੀ ਮੈਂ ਵੀ 2 ਮਿੰਟ ਕੀਤਾ ਮੈਨੂੰ ਲੱਗਿਆ ਮੇਰਾ ਟੋਟਕਾ ਕੰਮ ਆ ਜੂ ਪਰ ਸਰ ਤਾਂ ਮੇਰਾ ਵੀ ਉਸਤਾਦ ਨਿਕਲਿਆ ਫਿਰ ਕੀ ਫਿਰ ਸਾਰ ਸ਼ੁਰੂ ਹੋ ਗਿਆ ਪੈਰ ਵਾ ਗਿਆ ਕਰਾ ਕੇ ਛੱਡੂ ਪੈਰ ਵਾ ਗਿਆ ਕਰਾ ਕੇ ਛੱਡੂ ਪੈਰ ਵਾ ਗਿਆ ਕਰਾ ਕੇ ਛੱਡੂ ਮੈਂ ਸਿਰ ਪੈਰਾਂ ਚ ਦਿੱਤਾ ਕਿ ਹੁਣ ਨਹੀਂ ਤੈਨੂੰ ਕੋਈ ਬਚਾ ਸਕਦਾ ਥੈਂਕ ਯੂ ਸਰ